ਅੱਛਾ, ਇਹ ਬਾਕੀ ਪੂਰੀ ਫੈਮਿਲੀ ਆਈ ਹੋਈ ਆ ਤੇ ਦੇਖੋ ਤੁਸੀਂ ਨਾਲ ਇਹਨਾਂ ਦੇ ਬੱਚੇ ਵੀ ਆ, ਤੇ ਕੀ ਨਾਂ ਤੇਰਾ ਵੀ ਛੋਟੇ? ਮੇਰਾ ਨਾਂ ਹੈ ਜੀ ਅਰਮਾਨਦੀਪ ਸਿੰਘ, ਤੇ ਮੈਂ ਸ਼ਹਿਰ ਬਟਾਲੇ ਤੋਂ ਹਾਂ ਜੀ, ਤੇ ਮੈਂ ਅੱਜ ਦਰਸ਼ਨ ਕਰਨ ਆਇਆ ਜੀ ਕਰਤਾਰਪੁਰ ਸਾਹਿਬ ਦੇ। ਬਹੁਤ ਹੀ ਖੁਸ਼ੀ ਲੱਗ ਰਹੀ ਹੈ, ਬਹੁਤ ਹੀ ਚੰਗਾ ਲੱਗ ਰਿਹਾ ਜੀ, ਅਸੀਂ ਚੰਗੀ ਕਿਸਮਤ ਵਾਲੇ ਹਾਂ ਵੀ ਇੰਨੀ ਨਿੱਕੀ ਉਮਰੇ ਹੀ ਦਰਸ਼ਨ ਕਰਨ ਆ ਗਏ ਹਾਂ ਜੀ, ਬਹੁਤ ਚੰਗਾ ਲੱਗ ਰਿਹਾ। ਬਾਕੀ ਸਾਰਾ ਸਹੀ ਹੈ ਤੇ ਸਿਰੋਂ ਨੰਗਾ ਹੀ ਆ ਗਿਆ, ਉਹ ਰੁਮਾਲ ਘਰ ਰਹਿ ਗਿਆ, ਹੁਣ ਅੱਗੇ ਜਾ ਕੇ ਲਵਾਂਗੇ ਨਾ ਇੱਥੇ। ਹਾਂਜੀ ਹਾਂਜੀ, ਉਹਦੇ ਲੱਗਦਾ ਰੁਮਾਲ ਲੈਣ ਨਾਲ ਤੇਰੇ ਵਾਲ ਹੋ ਜਾਣੇ ਖਰਾਬ, ਤੇ ਇਸ ਚੱਕਰ ਤੇ ਨਹੀਂ ਲਿਆ ਕਿਤੇ? ਨਹੀਂ ਨਹੀਂ ਜੀ, ਨਹੀਂ ਜੀ, ਅੱਗੇ ਜਾ ਕੇ ਰੁਮਾਲ ਵੀ ਲਵਾਂਗੇ ਜੀ, ਦਰਸ਼ਨ ਵੀ ਕਰਾਂਗੇ, ਪ੍ਰਸ਼ਾਦਾ ਵੀ ਛਕਾਂਗੇ। ਹਾਂਜੀ ਜੀ ਹਾਂਜੀ। ਅੱਛਾ, ਤੇ ਤੁਸੀਂ ਦੱਸੋ ਜੀ, ਅੱਜ ਆਪਣੇ ਤੁਸੀਂ ਹਸਬੈਂਡ ਦੇ ਇੱਥੇ ਬਕਾਇਦਾ ਬਰਥਡੇ ਮਨਾਉਣ ਆਏ ਹੋ, ਕਿਹਦਾ ਲੱਗ ਰਿਹਾ? ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਇੱਥੇ ਆ ਕੇ, ਤੇ ਤੁਹਾਡਾ ਅਰੇਂਜਮੈਂਟ ਦੇਖ ਕੇ ਬਹੁਤ ਅੱਛਾ ਲੱਗਿਆ, ਕਿ ਸਾਡੇ ਨਾਲੋਂ ਜ਼ਿਆਦਾ ਵਧੀਆ ਤੁਹਾਡਾ ਅਰੇਂਜਮੈਂਟ ਇੱਥੇ, ਤੇ ਸਾਰੇ ਬਹੁਤ ਖੁਸ਼ੀ। ਅੱਜ ਮੇਰੇ ਹਸਬੈਂਡ ਦਾ ਬਰਥਡੇ ਆ, ਤੇ ਅਸੀਂ ਸਾਰੇ ਪਰਿਵਾਰ ਆਏ ਹਾਂ, ਤੇ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ। ਆਪਣਾ ਬਰਥਡੇ ਤੇ ਇੱਥੇ ਮਨਾਉਣ ਆ ਗਿਆ, ਤੇ ਤੁਹਾਡਾ ਬਰਥਡੇ ਵੀ ਕਦੀ ਇੱਦਾਂ ਇੱਥੇ ਮਨਾਉਣ ਆਏ ਆ? ਅਗਲੀ ਵਾਰ ਨੈਕਸਟ ਟਾਈਮ ਮੈਨੂੰ ਵੀ ਮੌਕਾ ਮਿਲੂਗਾ, ਨੈਕਸਟ ਟਾਈਮ ਮੈਨੂੰ ਵੀ ਮੌਕਾ ਮਿਲੂਗਾ, ਅਸੀਂ ਜ਼ਰੂਰ ਆਵਾਂਗੇ। ਇਹ ਦੱਸੋ ਜੀ, ਆਪਣੀ ਬਰਥਡੇ ਤੇ ਤੁਸੀਂ ਤੋਹਫਾ ਕੀ ਲੈ ਕੇ ਦੇ ਰਹੇ ਹੋ ਭਰਜਾਈ ਨੂੰ? ਤੋਹਫਾ ਤੇ ਬੰਦੇ ਨੂੰ ਲੈ ਕੇ ਦੇਣਾ ਪੈਂਦਾ ਨਾ ਭਾਵੇਂ। ਦੇਖੋ ਜੀ, ਸਭ ਤੋਂ ਵੱਡਾ ਤੋਹਫਾ ਵੀ ਮੈਂ ਤਾਂ ਹਸਬੈਂਡ ਆ, ਇਹ ਬਹੁਤ ਲੱਕੀ ਹੈ ਜੀ। ਇਹ ਗੱਲ ਵੈਸੇ ਸਹੀ ਹੈ ਇਹਨਾਂ ਦੀ, ਕਿ ਬਾਕੀ ਬਹੁਤ ਲੱਕੀ ਆ। ਅੱਛਾ, ਤੇ ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ। ਅਸੀਂ ਉਸ ਧਰਤੀ ਤੋਂ ਆਏ ਹਾਂ ਜਿੱਥੇ ਗੁਰੂ ਨਾਨਕ ਦੇਵ ਦਾ ਵਿਆਹ ਪੂਰਵ ਹੋਇਆ, ਗੁਰਦੁਆਰਾ ਕੰਧ ਸਾਹਿਬ ਮੌਜੂਦਾ ਦੇਵੀ ਕੱਚੀ ਕੰਧ ਹੈਗੀ ਸਰ, ਸਾਡੇ ਬੜੇ ਚਿਰ ਲੰਮੀ ਤੁਹਾਡੀ ਅਸੀਂ ਵੀ ਆਪਾਂ ਇੱਥੇ ਦਰਸ਼ਨ ਕਰੀਏ, ਪਰ ਸਭ ਤੋਂ ਪਹਿਲਾਂ ਤੁਹਾਡੇ ਪ੍ਰਧਾਨ ਮੰਤਰੀ ਦਾ ਅਸੀਂ ਸ਼ੁਕਰ ਕਰਦੇ ਹਾਂ ਜਿਹਨਾਂ ਲਾਂਘਾ ਖੋਲ ਕੇ ਸਾਨੂੰ ਦਰਸ਼ਨ ਕਰਾਏ, ਫਿਰ ਆਪਾਂ ਉਸ ਧਰਤੀ ਭੂਮੀ ਦੇਖਣ ਆਏ ਹਾਂ ਜਿੱਥੇ ਗੁਰੂ ਨਾਨਕ ਖੁਦ ਹਲਵਾਇਆ, ਉਹ ਧਰਤੀ ਜਾਰੀ ਨੂੰ ਦੇਖਾਂਗੇ, ਉਦੋਂ ਕੋਸ਼ਿਸ਼ ਕਰ ਥੋੜ੍ਹੀ ਮਿੱਟੀ ਖੜ ਕੇ ਆਪਣੀ ਧਰਤੀ 'ਚ ਪਾਈਏ, ਇਹ ਸਾਰੀ ਧਰਤੀ ਸ਼ੁੱਧ ਹੋ ਚੁੱਕੇ। ਵਾਹ, ਇਹ ਗੱਲ ਵਾਕਈ ਬੜੀ ਵੱਡੀ ਆ ਕਿ ਉਸ ਧਰਤੀ 'ਤੇ ਤੁਸੀਂ ਹੋ ਕੇ ਜਾਣਾ ਵਾ ਕਿ ਜਿੱਥੇ ਗੁਰੂ ਨਾਨਕ ਜੀ ਨੇ ਆਪ ਹਲਵਾਇਆ, ਅਤੇ ਉਹ ਮਿੱਟੀ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹੋ। ਅਤੇ ਅੱਛਾ ਚਲੋ ਜੀ, ਬਸ ਹੁਣ ਇਸ ਖਾਨਦਾਨ ਦੇ ਨਾਲ ਆਖਰੀ ਗੱਲ ਕਰ ਲਈਏ। ਹਾਂਜੀ, ਤੁਹਾਡਾ ਕੀ ਨਾਂ ਜੀ? ਨਾਂ ਜਗਰੂਪ ਕੌਰ ਹੈ, ਮੈਂ ਇਹਨਾਂ ਦੇ ਪਰਿਵਾਰ ਦੀ ਸਭ ਤੋਂ ਛੋਟੀ ਬਹੂ ਹੈ, ਅਤੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਪਰਿਵਾਰ ਦੇ ਸਮੇਤ ਇੰਨੀ ਬਾਰਿਸ਼ ਦੇ ਬਾਵਜੂਦ ਵੀ ਇਸ ਧਰਤੀ 'ਤੇ ਜਿਹੜੇ ਦਰਸ਼ਨ ਕਰਨ ਆਈ ਹਾਂ, ਅਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਇਸ ਜਗ੍ਹਾ ਦੇ ਦਰਸ਼ਨ ਕਰੀਏ, ਅਤੇ ਮੈਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਕਿ ਬਹੁਤ ਹੀ ਸੋਹਣਾ ਜਿਹੜਾ ਆ ਚੌਗਿਰਦਾ ਬਣਾ ਦਿੱਤਾ ਗਿਆ ਆ, ਅਤੇ ਆਸ ਪਾਸ ਵੀ ਟਰਮੀਨਲ 'ਤੇ ਵੀ ਸਾਨੂੰ ਸੇਵਾਵਾਂ ਬਹੁਤ ਵਧੀਆ ਦਿੱਤੀਆਂ ਗਈਆਂ। ਅਸੀਂ ਆਪਣੇ ਪ੍ਰਧਾਨ ਮੰਤਰੀ ਜਿਹੜੇ ਤੁਹਾਡੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਔਰ ਸਾਡੀਆਂ ਜਿਹੜੀਆਂ ਖੁਸ਼ੀਆਂ ਉਹ ਬਹਾਲ ਕੀਤੀਆਂ। ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਆਈਡੀਆਜ਼ ਤੁਸੀਂ ਲੋਕਾਂ ਤੱਕ ਪਹੁੰਚਾਓਗੇ, ਥੈਂਕ ਯੂ। ਔਰ ਤੁਹਾਨੂੰ ਇਨਵਾਈਟ ਕਰਦੇ ਹਾਂ, ਤੁਸੀਂ ਆਪਣੇ ਨਾਨਕੇ ਪਿੰਡ ਦਾਦਕੇ ਪਿੰਡ ਜੇ ਜਲੰਧਰ ਕਿਤੇ ਆਓ ਸਾਨੂੰ ਦੱਸੋ, ਤੇ ਬਟਾਲੇ ਸਾਡੇ ਕੋਲ ਆਓ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ। ਸਾਨੂੰ ਤੇ ਉਹਦੀ ਵੀਜ਼ਾ ਹੀ ਨਹੀਂ ਲੱਭਦਾ ਉੱਥੇ, ਬਾਕੀ ਤੇ ਭਾਵੇਂ ਕਿਸੇ ਹੋਰ ਸ਼ਹਿਰ ਦਾ ਦੇ ਦੇਣ, ਆਇਆ ਮੈਂ ਜਦੋਂ ਵੀ ਆਇਆ ਜਲੰਧਰ ਤੇ ਆਊਂਗਾ ਜ਼ਰੂਰ ਤੁਹਾਡੇ ਕੋਲ। ਤੇ ਅੱਛਾ, ਇਹ ਗੱਲ ਬਿਲਕੁਲ ਸਹੀ ਹੈ ਇਹਨਾਂ ਦੀ ਕਿ ਜਲੰਧਰ ਜਿਹੜੀ ਮੈਨੂੰ ਦਾਵਤ ਦੇ ਰਹੇ ਆ, ਕਿਉਂਕਿ ਮੇਰਾ ਆਪਣਾ ਜਿਹੜਾ ਸਾਡਾ ਖਾਨਦਾਨ ਉਹ ਵੀ ਉੱਥੋਂ ਹੀ ਆਇਆ ਹੋਇਆ, ਮੇਰੀ ਦਾਦੀ ਵਿਚਾਰੀ ਵੀ ਉਡੀਕ ਦੀ ਦੁਨੀਆਂ ਤੋਂ ਚਲੀ ਗਈ ਕਿ ਕਿਸੇ ਟਾਈਮ ਅਸੀਂ ਵੀ ਜਲੰਧਰੋਂ ਹੋ ਕੇ ਆਵਾਂਗੇ, ਆਪਣਾ ਪਿੰਡ ਕੋਟ ਬਾਦਲ ਖਾਨ ਦੇਖ ਕੇ ਆਵਾਂਗੇ, ਅਤੇ ਜ਼ਰੂਰ ਜਾਵਾਂਗੇ ਉੱਥੇ। ਬੜੀ ਖੁਸ਼ੀ ਹੋਈ ਆ ਦੇਖ ਕੇ ਕਿ ਪੂਰਾ ਖਾਨਦਾਨ ਇਕੱਠਾ ਹੋ ਕੇ ਆਇਆ, ਸਾਰੇ ਭੈਣ ਭਰਾ ਆਏ, ਅਤੇ ਆਪਣੇ ਇੱਕ ਭਰਾ ਦੀ ਜਿਹੜੀ ਜਨਮ ਦੇਣਾ ਜਿਹੜਾ ਜਨਮ ਦਿਹਾੜਾ ਇੱਥੇ ਮਨਾਉਣ ਲਈ ਆਏ, ਅਤੇ ਬਹਰਹਾਲ ਇਹਨਾਂ ਨੂੰ ਸਾਡੇ ਵੱਲੋਂ ਵੀ ਜਨਮ ਦੇਣ ਦੀਆਂ ਵਧਾਈਆਂ, ਜੰਮਣ ਦਿਹਾੜ ਦੀਆਂ ਵਧਾਈਆਂ ਜੀ। ਅਤੇ ਬਹਰਹਾਲ ਤੁਸੀਂ ਇੱਦਾਂ ਦੇ ਜੰਮਣ ਦਿਹਾੜ ਕੋਈ 700-800 ਸਾਲ ਹੋਰ ਮਨਾਉਂਦੇ ਰਹੋ, ਅਲੱਗ ਰਹੇ।